एक बड़ी सफलता में पुलिस आयुक्त श्री स्वपन शर्मा के नेतृत्व में जालंधर कमिश्नरेट पुलिस ने 12 किलोग्राम मारिजुआना गांजा के साथ दो व्यक्तियों को गिरफ्तार करके एक अंतर्राज्यीय ड्रग रैकेट का भंडाफोड़ किया है। माननीय कमिश्नर श्री स्वपन शर्मा जी, आईपीएस कमिश्नर पुलिस जलंधर अते आदित्य वारियर आईपीएस एडीसीपी जलंधर, जिन्हां दी डायरेक्शन ते हदायत ते जो ड्रग दे संबंधी अगेंस्ट लहर चलाई जा रही है, जिहदे चलदिआं ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ CIA ਨੇ 12 ਕਿਲੋ ਗਾਂਜਾ ਇਹਨਾਂ ਨੇ ਫੜਿਆ ਸੰਤ ਨਗਰ ਲਾਡਾਲੀ ਰੋਡ ਦੇ ਨੇੜੇ, ਜਿਹਦੇ ਤਹਿਤ ਇਹਨਾਂ ਨੇ 12 ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਦਰਜ ਕੀਤਾ, ਜਿਸ ਵਿੱਚ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ। ਇਹ ਦੋਵੇਂ ਵਿਅਕਤੀ ਜਿਹੜੇ ਉੜੀਸਾ ਤੋਂ ਲੈ ਕੇ ਆਏ ਸੀ ਗਾਂਜਾ ਇਹ, ਅਤੇ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨਾਂ ਦਾ ਦੂਜਾ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਇਸ ਸੰਬੰਧੀ ਜਿਹੜੀ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਲੈ ਕੇ ਆਏ ਅਤੇ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਡਿਲੀਵਰੀ ਦੇਣੀ ਸੀ। ਸਰ, ਇੱਕ ਦੋ ਰਹਿਣ ਵਾਲੇ ਆ? ਹਾਂਜੀ, ਰਹਿਣ ਵਾਲੇ ਕਿੱਥੋਂ ਗਏ? ਇਹ ਦੋਵੇਂ ਝਾਰਖੰਡ ਦੇ ਰਹਿਣ ਵਾਲੇ ਆ ਅਤੇ ਉੜੀਸਾ ਤੋਂ ਲੈ ਕੇ ਆਏ ਸੀ। ਇਹਨਾਂ ਦਾ ਪ੍ਰੀਵੀਅਸ? ਇਹਨਾਂ ਦੇ ਖਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਹਿਲਾਂ ਕੋਈ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ TV।